ਹਾਂਜੀ ਸਟੂਡੈਂਟਸ ਸਸੇ ਕਾਲਸ ਵਾਕਤ ਤੋਂ ਤੁਹਾਡੇ ਆਪਣੇ ਚੈਨਲ ਐਮਐਸਡਬਲਯੂ ਸਟੱਡੀ ਦੇ ਵਿੱਚ ਜਿਵੇਂ ਕਿ ਤੁਹਾਨੂੰ ਪਤਾ ਪੰਜਾਬ ਪੁਲਿਸ ਭਰਤੀ ਵਾਸਤੇ ਬਹੁਤ ਸਾਰੇ ਵੇਟ ਕਰ ਰਹੇ ਸੀ ਤੇ ਪੰਜਾਬ ਪੁਲਿਸ ਭਰਤੀ ਦੇ ਲਈ ਜਿਹੜਾ ਉਹਨਾਂ ਦੇ ਅਫੀਸ਼ੀਅਲ ਡਿਪਾਰਟਮੈਂਟ ਤੇ ਜਿਹੜਾ ਤੁਸੀਂ ਦੇਖ ਸਕਦੇ ਹੋ ਪੰਜਾਬ ਪੁਲਿਸ ਜਿਹੜਾ ਟਿਕ ਲੱਗਿਆ ਬਲੂ ਟਿਕ ਲੱਗਿਆ ਬਿਲਕੁਲ ਅਫੀਸ਼ੀਅਲ ਜਾਣਕਾਰੀ ਹੈਗੀ ਹੈ ਤੇ ਪਲੀਜ਼ ਰਿਕਰੂਟਮੈਂਟ ਅਲਰਟ ਆ ਚੁੱਕਿਆ ਇਸ ਦੇ ਵਿੱਚ ਕੀ ਲਿਖਿਆ ਤੁਸੀਂ ਦੇਖ ਸਕਦੇ ਹੋ ਡੀਆਰ ਐਸਪੀਰੈਂਟਸ ਫਾਈਨਲ ਅਨਸਰ ਕੀ ਟੂ ਰਿਟਨ ਐਗਜ਼ਾਮ ਵਿਲ ਬੀ ਰੀਲੀਜ਼ਡ ਸ਼ੋਰਟਲੀ ਫਾਰ ਕਨਸਟੇਬਲਰ ਰਿਕਰੂ ਤੇ ਜਿਹੜਾ ਤੁਹਾਡਾ ਪਿੱਛੇ ਹੁਣ ਐਗਜ਼ਾਮ ਆਇਆ ਸੀ ਉਹਦਾ ਫਿਜ਼ੀਕਲ ਮੀਜ਼ਰਮੈਂਟ ਟੈਸਟ ਜਿਹਨੂੰ ਅਸੀਂ ਬੋਲਦੇ ਆ ਪੀ ਐਮ ਟੀ ਔਰ ਫਿਜ਼ੀਕਲ ਸਕਰੀਨਿੰਗ ਟੈਸਟ ਜਿਹਨੂੰ ਅਸੀਂ ਬੋਲਦੇ ਆ ਪੀ ਐਸ ਟੀ ਠੀਕ ਹੈ ਤਾਂ ਇਹ ਕਹਿੰਦੇ ਫਰਸਟ ਵੀਕ ਆਫ ਡਿਸੰਬਰ ਸ਼ੁਰੂ ਹੋ ਜਾਣਾ ਤੇ ਹੁਣ ਤੁਸੀਂ ਆਪਣੀਆਂ ਜਿਹੜਾ ਫਿਜ਼ੀਕਲ ਫਿਟ ਹੋ ਜੋ ਤਿਆਰੀ ਕਰ ਲਓ ਆਪਣੀ ਰਨਿੰਗ ਸ਼ੁਰੂ ਕਰ ਲਓ ਆਪਣਾ ਜੋ ਵੀ ਤੁਹਾਡਾ ਚਾਰ ਆ ਵਗੈਰਾ ਲੰਬੀ ਛਾਲ ਉੱਚੀ ਛਾਲ ਉਸ ਦੀ ਤਿਆਰੀ ਸਟਾਰਟ ਕਰ ਦੋ ਠੀਕ ਹੈ ਤੇ ਬਹੁਤ ਜਲਦੀ ਉਸ ਦਾ ਜਿਹੜੀ ਮੈਟ ਪਾ ਦਿੱਤੀ ਹੈਗੀ ਰਿਜ਼ਲਟ ਪਾ ਦਿੱਤਾ ਹੈਗਾ ਕਿੰਨਾ ਕੈਂਡੀਡੇਟ ਨੂੰ ਬੁਲਾਇਆ ਜਾਏਗਾ ਕਿੰਨੇ ਨੰਬਰਾਂ ਵਾਲੇ ਆਉਣਗੇ ਤਾਂ ਉਹ ਸਾਰਾ ਤੁਹਾਡੇ ਨਾਲ ਜਲਦੀ ਡਿਸਕਸ ਕਰਾਂਗੇ ਤੁਸੀਂ ਦੇਖਦੇ ਹੋ ਬਿਲਕੁਲ ਅਫੀਸ਼ੀਅਲ ਜਾਣਕਾਰੀ ਪੰਜਾਬੀ ਚ ਪੜ੍ਹ ਸਕਦੇ ਹੋ ਕਿ ਪੰਜਾਬ ਪੁਲਿਸ ਭਰਤੀ ਦੀ ਸੰਬੰਧੀ ਸੂਚਨਾ ਹੈਗੀ ਹੈ ਜ਼ਿਲ੍ਹਾ ਕਾਡਰ 2030 ਕੌਨਸਟੇਬਲ ਦੀਆਂ ਜਿਹੜੀ ਭਰਤੀ ਲਈ ਲਿਖਤੀ ਪ੍ਰੀਖਿਆ ਦੀ ਅੰਤਮ ਉੱਤਰ ਕੁੰਜੀ ਜਲਦ ਹੀ ਜਾਰੀ ਕੀਤੀ ਜਾਵੇਗੀ ਤੇ ਫਿਜ਼ੀਕਲੀ ਮਾਪ ਟੈਸਟ ਤੇ ਫਿਜ਼ੀਕਲ ਸਕ੍ਰੀਨਿੰਗ ਟੈਸਟ ਦਸੰਬਰ ਦੇ ਪਹਿਲੇ ਹਫਤੇ ਸ਼ੁਰੂ ਕਰ ਦਿੱਤੇ ਜਾਣਗੇ ਸੋ ਇਹ ਜਾਣਕਾਰੀ ਤੁਹਾਡੇ ਤੇ ਇੱਕ ਬਣਦੀ ਸੀ ਤੋਂ ਇਸ ਵੀਡੀਓ ਨੂੰ ਬਤਵਾਰ ਸ਼ੇਅਰ ਕਰੋ ਤਾਂ ਕਿ ਜਿੰਨੇ ਵੀ ਸਟੂਡੈਂਟਾਂ ਨੇ ਪੰਜਾਬ ਪੁਸ ਦੀ ਭਰਤੀ ਲਈ ਅਪਲਾਈ ਕੀਤਾ ਸੀ ਤੇ ਉਹਨਾਂ ਨੇ ਟੈਸਟ ਦਿੱਤਾ ਹੋਇਆ ਤਾਂ ਉਹਨਾਂ ਵਾਸਤੇ ਚੰਗੀ ਖਬਰ ਹੈਗੀ ਹੈ ਤਾਂ ਕਿ ਜਿਹੜੇ ਇੰਤਜ਼ਾਰ ਕਰ ਰਹੇ ਸੀ ਉਹਨਾਂ ਦਾ ਇੰਤਜ਼ਾਰ ਖਤਮ ਹੋ ਚੁੱਕਿਆ ਤੇ ਇਸ ਤੋਂ ਇਲਾਵਾ ਜਿਹੜੀ ਨਵੀਂ ਭਰਤੀ ਹੁਣ ਆਉਣ ਜਾ ਰਹੀ ਹੈ 1450 ਅਕਸਾਮੀਆਂ ਤਾਂ ਉਹਨਾਂ ਬਾਰੇ ਵੀ ਜਾਣਕਾਰੀ ਲਈ ਆਪਣੇ ਚੈਨਲ ਜੁੜੇ ਰਹੋ ਸੋ ਕਿਸੇ ਵੀ ਤਰ੍ਹਾਂ ਦਾ ਤੁਹਾਡਾ ਕੋਈ ਸਿਆਸ਼ਨਾ ਤਾਂ ਕਮੈਂਟ ਬਾਕਸ ਵਿੱਚ ਦੱਸ ਸਕਦੇ ਹੋ ਸੋ ਤੁਹਾਡੀ ਹਰ ਇੱਕ ਹੈਲ ਇਸ ਫੇਸਬੁਕ ਚੈਨਲ ਨੂੰ ਫੋਲੋ ਕਰ ਲਓ ਤਾਂ ਕਿ ਪੰਜਾਬ ਦੀਆਂ ਹਰ ਇੱਕ ਨੌਕਰੀ ਤੁਹਾਨੂੰ ਮਿਲਣ ਲਈ ਇਸ ਤੋਂ ਲੱਭ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਠੀਕ ਹੈ ਤੇ ਪੰਜਾਬ ਦੀ ਹਰ ਇੱਕ ਸਰਕਾਰੀ ਪ੍ਰਾਈਵੇਟ ਲਿਮਟਿਡ ਗਵਰਨਮੈਂਟ ਜੌਬ ਬਾਰੇ ਜਿਹੜੀ ਜਾਣਕਾਰੀ ਤੁਹਾਨੂੰ ਆਪਣੇ ਚੈਨਲ ਤੋਂ ਮਿਲਦੀ ਰਹਿੰਦੀ ਹੈ ਸੋ ਧੰਨਵਾਦ